ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਹਰਜਿੰਦਰ ਮਨਸਈਆ ਫਰੋਮ ਐਡੀ ਕ੍ਰੀਏਸ਼ਨਸ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਐਡੀ ਕ੍ਰੀਏਸ਼ਨਸ ਲੁਧਿਆਣਾ 'ਤੇ ਸਵਾਗਤ ਕਰਦੀ ਹਾਂ। ਹੋਪ ਤੁਸੀਂ ਸਾਰੇ ਬਹੁਤ ਅੱਛੇ ਹੋਵੋਗੇ, ਤੰਦਰੁਸਤ ਹੋਵੋਗੇ। ਪਰਮਾਤਮਾ ਕਰੇ ਸਭ ਤੰਦਰੁਸਤ ਰਹੋ, ਖੁਸ਼ ਰਹੋ। ਅੱਜ ਵਾਲੇ ਸੂਟਸ ਮੈਂ ਦਿਖਾਉਂਗੀ, ਥੋੜ੍ਹਾ ਮਿਕਸ ਕੀਤੇ। ਉਸਦੇ ਵਿੱਚ ਅਸੀਂ ਸਕਰੀਨ ਪ੍ਰਿੰਟਿੰਗ ਕਰੀ ਹੈ, ਕੋਈ ਬਲੌਕ ਵੀ ਹੋਏਗਾ, ਕੁਛ ਇੰਬਰੋਇਡਰੀ ਦੇ ਨੇ, ਇੱਕ ਦੋ ਪੁਰਾਣੇ ਨੇ, ਇੱਕ ਦੋ ਨਵੇਂ ਬਣੇ ਨੇ, ਕਲਰ ਚੇਂਜ ਹੋਏ ਨੇ, ਬਸ ਡਿਜ਼ਾਇਨ ਉਹੀ ਹੋਣਗੇ। ਅਤੇ ਇਹ ਸੂਟਸ ਦੀ ਵੀਡੀਓ ਦਿਖਾਉਂਗੀ। ਅੱਜ ਮੈਂ ਬਹੁਤ ਜ਼ਿਆਦਾ ਸੂਟਸ ਨਹੀਂ ਦਿਖਾਉਂਗੀ, ਮੇਰਾ ਗਲਾ ਥੋੜ੍ਹਾ ਦਰਦ ਕਰ ਰਿਹਾ। ਇੱਕ ਮੇਰੀ ਰਿਕੁਐਸਟ ਹੈ, ਪਲੀਜ਼, ਕਈ ਵਾਰ ਨਾ 12, 1 ਵਜੇ, 2 ਵਜੇ ਬੜੀਆਂ ਕਾਲਸ ਆਉਂਦੀਆਂ ਨੇ, ਥੋੜ੍ਹਾ ਜਿਹਾ ਪਲੀਜ਼ ਟਾਈਮ ਦੇਖ ਲਿਆ ਕਰੋ। ਤੁਹਾਡਾ ਮੋਰਨਿੰਗ ਟਾਈਮ ਹੈ, ਸਾਡਾ ਰਾਤ ਦਾ ਟਾਈਮ ਹੈ, ਮੇਰੀ ਨੀਂਦ ਨਹੀਂ ਪੂਰੀ ਹੁੰਦੀ, ਫਿਰ ਸਾਰਾ ਦਿਨ ਸੁਸਤੀ ਪਈ ਰਹਿੰਦੀ ਹੈ ਕੰਮ ਦੇ ਵਿੱਚ, ਕਿਉਂਕਿ ਫਿਰ ਕਾਲਸ ਵੀ ਲੰਬੀਆਂ ਹੋ ਜਾਂਦੀਆਂ ਨੇ। ਅਤੇ ਟਾਈਮ ਥੋੜ੍ਹਾ ਜਿਹਾ ਧਿਆਨ ਰੱਖ ਕੇ ਮੋਰਨਿੰਗ ਜਿਹੜਾ ਹੈਗਾ ਤੁਸੀਂ 7:30-8 ਵਜੇ ਤੋਂ ਬਾਅਦ ਇੰਡੀਅਨ ਟਾਈਮ ਰਾਤ ਦੇ 10 ਵਜੇ ਦੇ ਵਿੱਚ ਵਿੱਚ ਪਲੀਜ਼ ਕਾਲ ਕਰ ਲਿਆ ਕਰੋ, ਇਹ ਮੇਰੀ ਰਿਕੁਐਸਟ ਹੈ। ਮੈਂ ਕੱਲ੍ਹ ਪਰਸੋਂ ਇੰਨੀਆਂ ਕੁ ਕਾਲਸ ਅਟੈਂਡ ਕਰੀਆਂ ਕਿ ਅੱਜ ਮੇਰਾ ਗਲਾ ਬਹੁਤ ਦਰਦ ਕਰ ਰਿਹਾ, ਮੈਨੂੰ ਬੋਲਣਾ ਵੀ ਥੋੜ੍ਹਾ ਜਿਹਾ ਔਖਾ ਲੱਗ ਰਿਹਾ। ਅਤੇ ਇਹ ਮੈਂ ਤੁਹਾਨੂੰ ਰਿਕੁਐਸਟ ਕਰਨੀ ਸੀਗੀ। ਅਤੇ ਬਾਕੀ ਛੋਟੀ ਗੱਲ ਕਰ ਲਉਂਗੇ ਤਾਂ ਮੇਰੇ ਲਈ ਬਹੁਤ ਸੌਖਾ ਹੈ, ਕਿਉਂਕਿ ਮੈਂ ਇੱਕ ਨਾਲ ਨਹੀਂ, ਪਤਾ ਨਹੀਂ ਕਿੰਨੇ ਬੰਦਿਆਂ ਨਾਲ ਗੱਲ ਕਰਨੀ ਹੁੰਦੀ ਹੈ ਦਿਨ 'ਚ। ਉਹੀ ਜਿਹੜੇ ਕੰਮ ਕਰਦੇ ਹਾਂ ਅਸੀਂ, 12-13 ਘੰਟੇ ਹੁੰਦੇ ਨੇ, ਉਹਦੇ ਵਿੱਚ ਵਿੱਚ ਮੈਂ ਕਿੰਨੇ ਕੁ ਨਾਲ ਗੱਲ ਕਰ ਸਕਦੀ ਹਾਂ। ਗਲਾ ਦੁਖਣ ਲੱਗ ਜਾਂਦਾ, ਮੈਨੂੰ ਡਾਕਟਰ ਨੇ ਵੀ ਇੱਕ ਵਾਰ ਮਨਾ ਕਰਿਆ ਸੀ, ਤੁਸੀਂ ਜ਼ਿਆਦਾ ਜ਼ੋਰ ਦੀ ਨਹੀਂ ਬੋਲਣਾ ਹੈਗਾ, ਘੱਟ ਬੋਲਣਾ, ਨਹੀਂ ਤੁਹਾਡੀ ਆਵਾਜ਼ ਬੈਠ ਜੂ। ਅਤੇ ਮੈਂ ਕੱਲ੍ਹ ਡਰ ਗਈ ਜਦੋਂ ਰਾਤ ਮੇਰਾ ਗਲਾ ਦੁਖ ਰਿਹਾ ਸੀ, ਮੈਨੂੰ ਇੱਦਾਂ ਲੱਗ ਰਿਹਾ ਸੀ ਇੱਥੇ ਪਤਾ ਨਹੀਂ ਕੀ ਕੰਡੇ ਜੇ ਛੁਪ ਰਹੇ ਨੇ, ਉਹ ਪਲੀਜ਼ ਧਿਆਨ ਰੱਖਿਓ। ਬਾਕੀ ਅੱਜ ਮੈਂ ਥੋੜ੍ਹੇ ਜਿਹੇ ਸੂਟ ਦਿਖਾਉਂਗੀ, ਆਪਾਂ ਇਹਨਾਂ ਦੀ ਵੀਡੀਓ ਸ਼ੁਰੂ ਕਰੀਏ ਜੀ। ਔਰ ਇੱਕ ਮੈਂ ਤੁਹਾਨੂੰ ਦੱਸਣਾ ਸੀ, ਸਾਡੀਆਂ ਐਗਜੀਬਿਸ਼ਨਸ ਜਿਹੜੀਆਂ ਅਪਕਮਿੰਗ ਆ ਰਹੀਆਂ ਨੇ ਉਹਨਾਂ ਦੀਆਂ ਤੁਸੀਂ ਡੇਟਸ ਸੇਵ ਕਰ ਲਓ। ਹਾਂਜੀ, ਸਾਡੀਆਂ ਐਗਜੀਬਿਸ਼ਨਸ ਜਿਹੜੀਆਂ ਆ ਰਹੀਆਂ ਨੇ ਅੱਗੇ, ਉਹਨਾਂ ਦੀਆਂ ਡੇਟਸ ਨੇ ਸਾਡੀਆਂ, ਪਹਿਲਾਂ ਹੈ ਪਟਿਆਲਾ ਦੇ ਵਿੱਚ ਹੋਟਲ ਕਲੈਰੀਅਨ ਇਨ, 13-14 ਸਤੰਬਰ ਪਟਿਆਲਾ, 13-14 ਸਤੰਬਰ ਪਟਿਆਲਾ। ਨੈਕਸਟ ਆਏਗੀ ਸਾਡੀ ਅੰਮ੍ਰਿਤਸਰ ਦੇ ਵਿੱਚ, ਉਹ ਹੈਗੀ ਹੈ ਹੋਟਲ ਐਮ ਕੇ ਹੋਟਲ ਅੰਮ੍ਰਿਤਸਰ, ਉਹ ਹੈਗੀ ਹੈ 4-5 ਅਕਤੂਬਰ। ਥਰਡ ਸਾਡੀ ਹੈਗੀ ਹੈ ਹੋਟਲ ਪ੍ਰੈਜੀਡੈਂਸੀ, ਇਹ ਹੈਗੀ ਹੈ 18-19 ਅਕਤੂਬਰ ਹੁਸ਼ਿਆਰਪੁਰ ਦੇ ਵਿੱਚ, ਹੋਟਲ ਪ੍ਰੈਜੀਡੈਂਸੀ 18-19 ਅਕਤੂਬਰ। ਉਸ ਤੋਂ ਬਾਅਦ ਨੈਕਸਟ ਆਏਗੀ ਚੌਥੀ ਸਾਡੀ ਹੈਗੀ ਚੰਡੀਗੜ੍ਹ 'ਚ ਅਰੋਮਾ ਹੋਟਲ, 8-9 ਨਵੰਬਰ ਹੋਟਲ ਅਰੋਮਾ ਚੰਡੀਗੜ੍ਹ, ਡੇਟ ਸੇਵ ਕਰ ਲੈਣਾ ਕਰੀਏ। ਸਾਡਾ ਸਭ ਤੋਂ ਪਹਿਲਾਂ ਜਿਹੜਾ ਸੂਟ ਹੈ ਇਹ ਬੜਾ ਡਿਫਰੈਂਟ ਬਣਾਇਆ ਅਸੀਂ, ਕੋਟਨ ਦਾ ਸੂਟ ਹੈ ਪਰ ਇਹਦੇ ਵਿੱਚ ਇੱਕੋ ਹੀ ਸੂਟ ਹੈ। ਵੈਸੇ ਮੈਂ ਬਣਾਇਆ ਇਹ ਅੱਜ ਤੋਂ 5 ਸਾਲ ਪਹਿਲਾਂ ਸੀਗਾ, ਅਤੇ ਕੱਪੜਾ ਵੀ ਪਿਆ ਸੀਗਾ, ਮੈਂ ਰਿਪੀਟ ਕਰਿਆ। ਜਿਹੜਾ ਹੈਗਾ ਬੋਟਮ ਦਾ ਕੱਪੜਾ, ਇਹ ਹੈ ਸੋਫਟੀ ਕੋਟਨ ਰਸਟ ਕਲਰ ਦੇ ਵਿੱਚ, ਔਰ ਇਹਦੀ ਜਿਹੜੀ ਸ਼ਰਟ ਹੈ ਉਹ ਹੈਗੀ ਆ ਮੁਡਾਲ ਕੋਟਨ ਗੋਲਡਨ ਕਲਰ 'ਚ, ਲਾਈਟ ਗੋਲਡਨ। ਇਹ ਇਸ ਤਰ੍ਹਾਂ ਸਕਰੀਨ ਪ੍ਰਿੰਟਿੰਗ ਕਰੀ ਹੈ, ਥੋੜ੍ਹਾ ਗਰਲਿਸ਼ ਲੁੱਕ ਦੇ ਵਿੱਚ। ਇਹਦੀਆਂ ਸਲੀਵਸ 'ਤੇ ਕੋਈ ਕੰਮ ਨਹੀਂ ਹੈ, ਸਿਰਫ ਫਰੰਟ 'ਤੇ ਅਸੀਂ ਵਰਕ ਕੀਤਾ। ਦੁਪੱਟਾ ਅਸੀਂ ਟੈਬੀ ਸਿਲਕ ਦੇ ਵਿੱਚ ਡਾਈ ਕਰਿਆ,
ਪਿਓਰ ਟੈਬੀ ਸਿਲਕ ਦੁਪੱਟੇ ਦੇ ਦੋਨੋਂ ਸਾਈਡ ਇਸ ਤਰ੍ਹਾਂ ਡਾਈ ਕਰਕੇ ਇਸ ਤਰ੍ਹਾਂ ਸਕਰੀਨ ਪ੍ਰਿੰਟਿੰਗ ਕੀਤੀ ਹੈ। ਇਹ ਇਸ ਤਰ੍ਹਾਂ ਹੋ ਜਾਂਦਾ ਸੂਟ। ਇਹਦੀ ਕੋਸਟ ਜਿਹੜੀ ਉਹ ਹੈਗੀ ਹੈ 6000, 6000 ਹੈ ਇਹਦੀ ਕੋਸਟ। ਹਾਂਜੀ, ਨੈਕਸਟ ਸੂਟ ਹੈ ਸਾਡਾ ਸੈਮੀ ਕ੍ਰਿਪਟ, ਇਹ ਹੈਗਾ ਬਲੌਕ ਪ੍ਰਿੰਟਡ। ਇਹਦੇ ਵਿੱਚ ਫਰੰਟ ਔਰ ਬੈਕ 'ਤੇ ਸੇਮ ਜਗ੍ਹਾ 'ਤੇ ਹੀ ਬਲੌਕ ਪ੍ਰਿੰਟਿੰਗ ਹੈ, ਘੇਰੇ ਦੇ ਉੱਪਰ। ਗਲੇ 'ਤੇ ਕੋਈ ਕੰਮ ਨਹੀਂ ਹੈ, ਕਿਉਂਕਿ ਗਲੇ 'ਤੇ ਕੰਮ ਹੋਣ ਨਾਲ ਕਈ ਵਾਰ ਲੈਂਥ ਦੀ ਪ੍ਰੋਬਲਮ ਆ ਜਾਂਦੀ ਹੈ। ਇਹ ਰੈੱਡ ਕਲਰ ਦੇ ਵਿੱਚ ਰੈਡੀ ਹੋਇਆ, ਇਹ ਸਲੀਵਸ ਨੇ। ਔਰ ਦੁਪੱਟਾ ਇਹਦਾ ਪਿਓਰ ਸ਼ਿਫੋਨ ਦਾ ਟਾਈ ਐਂਡ ਡਾਈ ਕੀਤਾ ਹੋਇਆ ਦੁਪੱਟਾ, ਦੋਨੋਂ ਸਾਈਡ ਬਲੂ, ਚਾਰੋਂ ਸਾਈਡ ਬਲੂ ਔਰ ਸੈਂਟਰ 'ਚੋਂ ਰੈੱਡ, ਨੇਵੀ ਬਲੂ ਔਰ ਰੈੱਡ ਦਾ ਕੰਬੀਨੇਸ਼ਨ ਹੈ। ਔਰ ਇਹਦੀ ਕੋਸਟ ਹੈਗੀ ਹੈ 6600, 6600। ਨੈਕਸਟ ਸੂਟ ਜੋ ਰੈਡੀ ਹੋਇਆ ਉਹ ਹੈ ਡਾਰਕ ਮੈਰੂਨ ਕਲਰ ਦੇ ਵਿੱਚ, ਸ਼ਰਾਰਾ ਡਿਜ਼ਾਈਨ ਇਹਨੂੰ ਅਸੀਂ ਕਹਿੰਦੇ ਹਾਂ, ਡਿਜ਼ਾਈਨ ਸ਼ਰਾਰਾ ਡਿਜ਼ਾਈਨ ਹੈ। ਬਣਾਓ ਚਾਹੇ ਪੈਂਟ, ਪਲਾਜ਼ੋ, ਸਲਵਾਰ, ਜੋ ਮਰਜ਼ੀ ਬਣਾ ਸਕਦੇ ਹੋ। ਡਿਜ਼ਾਈਨ ਦਾ ਨਾਮ ਹੀ ਸਿਰਫ ਸ਼ਰਾਰਾ ਡਿਜ਼ਾਈਨ ਪਿਆ ਹੋਇਆ ਗਾ। ਇਹ ਫਰੰਟ ਹੈ, ਇਹ ਬੈਕ, ਔਰ ਇਹਦੀਆਂ ਜਿਹੜੀਆਂ ਸਲੀਵਸ ਨੇ ਉਹ ਵੀ ਇਸੇ ਤਰ੍ਹਾਂ ਹੋਣਗੀਆਂ, ਫਰੰਟ ਬੈਕ ਦੀ ਤਰ੍ਹਾਂ। ਦੁਪੱਟਾ ਪਿਓਰ ਚਨੋਨ ਸ਼ਿਫੋਨ ਦਾ, ਇਹਦੇ ਵਿੱਚ ਜਿੰਨੇ ਵੀ ਥਾਂ ਦੇ ਵਿੱਚੋਂ ਸੂਟ ਨਿਕਲੇ ਸੀ ਸਾਰੇ ਸੇਮ ਡਿਜ਼ਾਈਨ ਦੇ ਹੀ ਬਣਾਏ ਨੇ। ਇਹਦੀ ਕੋਸਟ ਹੈਗੀ ਹੈ 7000, 7000। ਇਹਦੇ ਵਿੱਚ ਬਲੈਕ, ਨੇਵੀ ਬਲੂ, ਰੋਇਲ ਬਲੂ, ਬਹੁਤ ਸਾਰੇ ਕਲਰ ਰੈਡੀ ਹੁੰਦੇ ਨੇ। ਇਸ ਟਾਈਮ ਹੈ ਨਹੀਂ ਪਰ ਉਹ ਵੀ ਅਸੀਂ ਰੈਡੀ ਕਰ ਰਹੇ ਹਾਂ। ਸਾਡਾ ਇਹ ਸੂਟ ਕਿਸੇ ਦਾ ਅੱਜ ਜਾਣਾ ਸੀ ਕੋਰੀਅਰ, ਅਤੇ ਮੈਂ ਜ਼ਿਆਦਾ ਨਹੀਂ ਖੋਲੂੰਗੀ, ਫਿਰ ਉਹ ਹੋ ਜਾਂਦਾ ਹੈ, ਦੁਬਾਰਾ ਪੈਕਿੰਗ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਬੜਾ ਸੋਹਣਾ ਸਟਿੱਚ ਹੋਇਆ, ਇਸ ਤਰ੍ਹਾਂ ਗਲਾ ਬਣਿਆ ਹੋਇਆ। ਇਹ ਜਦੋਂ ਨਾਪ ਦੇ ਮੁਤਾਬਿਕ ਹੀ ਗਲਾ ਬਣਾ ਦਿੰਦੇ ਹੁੰਦੇ ਹਾਂ। ਥੋੜ੍ਹਾ ਜਿਹਾ ਮੈਂ ਤੁਹਾਨੂੰ ਇਹਦੇ ਵਿੱਚ ਦਿਖਾ ਦਿੰਦੀ ਹਾਂ, ਇਹ ਸਲਵਾਰ ਹੈ, ਇਹਦੇ ਵਿੱਚ ਅਸੀਂ ਫਰੋਜ਼ੀ ਰੰਗ ਦੀ ਪਾਈਪਿੰਗ ਲਗਾਈ ਹੈ, ਇਸੇ ਤਰ੍ਹਾਂ ਸਲੀਵਸ 'ਤੇ ਹੈ। ਬਹੁਤ ਜ਼ਿਆਦਾ ਨਹੀਂ ਖੋਲੂੰਗੀ ਕਿਉਂਕਿ ਮੈਂ ਤੁਹਾਨੂੰ ਦੂਸਰੇ ਸੂਟ ਦਿਖਾ ਦਿੰਦੀ ਹਾਂ। ਇਹਦੀ ਜਿਹੜੀ ਚੁੰਨੀ ਹੈ ਨਾ ਉਹ ਉਹਨਾਂ ਨੇ ਕਿਹਾ ਸੀ ਨੇਵੀ ਬਲੂ ਕਲਰ ਦੀ ਹੀ ਰੱਖਣਾ, ਅਤੇ ਚੁੰਨੀ ਦੇ ਵਿੱਚ ਮੈਂ ਇਹਦੇ ਨਾਲ ਮੈਚਿੰਗ ਲੇਸ ਲੱਭ ਕੇ ਲਿਆਂਦੀ, ਉਹਦੇ ਨਾਲ ਅਸੀਂ ਫਰੋਜ਼ੀ ਰੰਗ ਦੀ ਸਿਰਫ ਪੱਟੀ ਲਗਾਤੀ, ਤਾਂ ਕਿ ਜਿਵੇਂ ਇਹਦੇ ਵਿੱਚ ਇੰਬਰੋਇਡਰੀ ਦੇ ਵਿੱਚ ਫਰੋਜ਼ੀ ਕਲਰ ਹੈ ਉਹ ਰੰਗ ਇੱਥੇ ਵੀ ਅੱਛਾ ਲੱਗਦਾ। ਇਸੇ ਤਰ੍ਹਾਂ ਨਾਲ ਅਸੀਂ ਜਿਵੇਂ ਫਰੋਜ਼ੀ ਚੁੰਨੀ ਦੇ ਨਾਲ ਤਾਂ ਬਣਾਇਆ ਹੀ ਹੈ, ਪਹਿਲਾਂ ਵੀ ਬਣਾਇਆ, ਇਹ ਸੂਟ ਰੈਡੀ ਹੋ ਗਿਆ, ਇਹ ਤੁਸੀਂ ਦੇਖਿਆ ਹੋਇਆ। ਹੁਣ ਮੈਂ ਹੌਟ ਪਿੰਕ ਵਾਲਾ ਖੋਲ੍ਹ ਕੇ ਦਿਖਾ ਦਿੰਦੀ ਹਾਂ। ਇਹਦੇ ਨਾਲ ਬਲੈਕ ਚੁੰਨੀ ਵੀ ਬਣ ਸਕਦੀ ਆ, ਹੌਟ ਪਿੰਕ ਵੀ, ਬਲੈਕ ਚੁੰਨੀ ਬਣਾ ਕੇ ਹੌਟ ਪਿੰਕ ਪੱਟੀ ਲਾ ਸਕਦੇ ਹਾਂ ਜਾਂ ਹੌਟ ਪਿੰਕ ਚੁੰਨੀ ਬਣਾ ਕੇ ਲੇਸ ਲਗਾ ਸਕਦੇ ਹਾਂ। ਇਹ ਇੱਦਾਂ ਗਲਾ ਹਾਲੇ ਨਹੀਂ ਬਣਾਇਆ, ਗਲਾ ਕਈ ਵਾਰੀ ਬੜਾ ਛੋਟਾ ਕਰਨਾ ਪੈਂਦਾ, ਸਟਿਚਿੰਗ ਟਾਈਮ ਅਸੀਂ ਗਲਾ ਵੀ ਬਣਾ ਦਾਂਗੇ।
ਇਹ ਹੈਗਾ ਫਰੰਟ, ਮੈਂ ਕਾਰੀਗਰਾਂ ਨੂੰ ਕਹਿ ਕੇ ਆਈ ਸੀ ਇਹਦੇ ਵਿੱਚ ਪਿੰਕ ਕਲਰ ਪਾਵਾਂਗੇ ਆਪਾਂ ਬਲੈਕ ਦੇ ਵਿੱਚ, ਉਹਨਾਂ ਨੇ ਹੌਟ ਪਿੰਕ ਪਾਤਾ। ਮੈਂ ਕਿਹਾ ਨਹੀਂ, ਹੌਟ ਪਿੰਕ ਵੀ ਸੋਹਣਾ ਲੱਗਦਾ, ਕੁਛ ਪਿੰਕ ਦੇ ਵਿੱਚ ਵੀ ਬਣਾਵਾਂਗੇ, ਕਿਉਂਕਿ ਪਿੰਕ ਹਰ ਏਜ ਦੇ ਵਿੱਚ ਹਰ ਲੈ ਲੈਂਦਾ ਹਰ ਕੋਈ। ਇਹ ਸਲੀਵਸ ਨੇ, ਸੈਮੀ ਕ੍ਰੇਪ ਚਾ ਸੂਟ ਆਪਾਂ ਪਿਓਰ ਚ ਵੀ ਬਣਾ ਸਕਦੇ ਹਾਂ, ਸਾਰਾ ਐਮਬਰੋਇਡਰੀ ਵਾਲਾ ਸੂਟ ਹੋ ਜਾਏਗਾ। ਇੱਕ ਤੁਸੀਂ ਇਹ ਡਰੈਸ ਦੇਖ ਰਹੇ ਹੋ ਵੀ, ਕਿਸੇ ਨੇ ਮੈਨੂੰ ਇਹਦੇ ਸਕਰੀਨਸ਼ੋਟ ਭੇਜੇ ਸੀ ਕਿ ਮੇਰੇ ਲਈ ਤੁਸੀਂ ਫੈਬਰਿਕ, ਮੈਂ ਉਹਨਾਂ ਨੂੰ ਪ੍ਰਿੰਟ ਭੇਜਤਾ ਸੀ ਵੀ ਇਸ ਪ੍ਰਿੰਟ ਦੀ ਇੱਦਾਂ ਦੀ ਡਰੈਸ ਬਣਾ ਕੇ ਦਿਓ। ਅਤੇ ਇਹਦੇ ਲਈ ਅਸੀਂ ਇਸ ਡਰੈਸ ਨੂੰ ਇਸ ਤਰ੍ਹਾਂ ਬਣਾਇਆ, ਇਹ ਪਲਾਜ਼ੋ ਹੋ ਗਿਆ ਖੁੱਲ੍ਹਾ। ਪਹਿਲਾਂ ਅਸੀਂ ਚਾਹੁੰਦੇ ਸੀ ਪਲੇਨ ਪਲਾਜ਼ੋ ਬਣਾਉਣਾ, ਪਰ ਨਾ ਮੈਚਿੰਗ ਕੱਪੜਾ ਡਾਈ ਨਹੀਂ ਹੋ ਰਿਹਾ ਸੀ ਸੈਮੀ ਦੇ ਵਿੱਚ। ਇਹ ਜੋਰਜਟ ਦੇ ਵਿੱਚ ਹੈ ਪ੍ਰਿੰਟ, ਇਹ ਅਸੀਂ ਉੱਪਰੋਂ ਦੀ ਡਰੈਸ ਬਣਾਈ ਹੈ। ਇਹਦੇ ਵਿੱਚ ਬਟਨਸ ਵੀ ਬਹੁਤ ਸੋਹਣੇ ਲਗਾਏ ਨੇ, ਬਟਨਸ ਦੀ ਮੈਨੂੰ ਬਹੁਤ ਸ਼ੌਕ ਹੁੰਦਾ ਵੀ ਸੋਹਣੇ ਸੋਹਣੇ ਲਗਾਈਏ। ਇਸ ਦੇ ਵਿੱਚ ਫਲਾਰ ਦੀ ਤਰ੍ਹਾਂ ਕੋਸ਼ਿਸ਼ ਕਰੀ ਆ ਵੀ ਉਸ ਤਰ੍ਹਾਂ ਹੀ ਲੱਗੇ ਜਿਵੇਂ ਇਹ ਵੀ ਫਲਾਰਸ ਵਾਲੇ ਬਟਨ ਨੇ। ਸੇਮ ਟੂ ਸੇਮ ਬਣਾਈ ਹੈ ਅਸੀਂ ਉਹਨਾਂ ਦੀ। ਬਹੁਤ ਦੇਰ ਹੋ ਗਈ ਮੈਨੂੰ ਕਹਿੰਦੇ ਹਨ, ਉਹ ਕਹਿੰਦੇ ਮੇਰੀ ਡਰੈਸ ਦੀ ਤੁਸੀਂ ਵੀਡੀਓ ਹੀ ਨਹੀਂ ਸ਼ੋਅ ਕਰੀ ਹੈਗੀ, ਅਤੇ ਉਹ ਮੈਂ ਅੱਜ ਸ਼ੋਅ ਕਰਦੀ ਹਾਂ। ਹਰ ਵਾਰੀ ਮੇਰੇ ਪਿੱਛੇ ਟੰਗੀ ਰਹਿ ਜਾਂਦੇ ਸੀ। ਇਸ ਤਰ੍ਹਾਂ ਹੋ ਗਈ, ਔਰ ਨੀਚੇ ਤੋਂ ਜਿਹੜਾ ਇਹਦਾ ਕੱਟ ਹੈ ਇਸ ਤਰ੍ਹਾਂ। ਇਹ ਪੀਚ ਕਲਰ 'ਚ ਪ੍ਰਿੰਟਡ ਫੈਬਰਿਕ ਤੋਂ ਬਣਾਈ ਹੈ। ਇਹਦਾ ਇੱਕ ਸੂਟ ਵੀ ਰੈਡੀ ਹੋ ਰਿਹਾ, ਉਹਦੇ ਵਿੱਚ ਮੈਂ ਬੋਟਮ 'ਤੇ ਥੋੜ੍ਹਾ ਜਿਹਾ ਵਰਕ ਨਹੀਂ ਮੈਨੂੰ ਸਮਝ ਆ ਰਿਹਾ ਸੀ ਤਾਂ ਕਰਕੇ ਰੁਕਿਆ ਹੋਇਆ, ਉਹ ਵੀ ਹੁਣ ਨੈਕਸਟ ਵੀਡੀਓ ਤੱਕ ਰੈਡੀ ਹੋ ਜਾਣਾ ਚਾਹੀਦਾ, ਰੈਡੀ ਹੋਣ ਲੱਗਿਆ ਹੋਇਆ। ਇੱਕ ਇਹ ਸੂਟ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ, ਰੈਡੀ ਕੀਤਾ ਸੀ ਅਸੀਂ, ਇਹ ਦੁਬਾਰਾ ਰੈਡੀ ਹੋ ਗਿਆ। ਪਹਿਲਾਂ ਵਾਲੇ 'ਚ ਸ਼ਾਇਦ ਇਹ ਲਾਈਨਾਂ ਨਹੀਂ ਸੀਗੀਆਂ, ਇਹਦੇ ਵਿੱਚ ਅਸੀਂ ਲਾਈਨਾਂ ਵੀ ਪਾਤੀਆਂ, ਮੈਨੂੰ ਯਾਦ ਨਹੀਂ ਪਹਿਲਾਂ ਲਾਈਨਾਂ ਪਾਈਆਂ ਸੀ ਕਿ ਨਹੀਂ। ਵੈਸੇ ਨੀਚੇ ਨੀਚੇ ਵਰਕ ਸੀ ਇਹਦੇ ਵਿੱਚ, ਮੈਂ ਕਿਹਾ ਸ਼ਰਟ ਦੇ ਵਿੱਚ ਲਾਈਨਾਂ ਪਾ ਦਿਓ ਗੋਟੇ ਦੀਆਂ, ਉਹਦੇ ਨਾਲ ਹੋਰ ਥੋੜ੍ਹਾ ਸੋਹਣਾ ਲੱਗੇਗਾ। ਫਰੋਜ਼ੀ ਕਲਰ ਦਾ ਸੂਟ ਹੈ ਇਹ, ਅਤੇ ਦੁਪੱਟਾ ਮਲਟੀ ਕਲਰ ਦੇ ਵਿੱਚ ਹੈ। ਇਹਦੀਆਂ ਸਲੀਵਸ ਨੇ ਜਿਹੜੀਆਂ ਉਹ ਇਸ ਤਰ੍ਹਾਂ ਦੇ। ਦੁਪੱਟਾ ਇਹਦਾ ਬਹੁਤ ਪਿਆਰਾ, ਪਹਿਲਾਂ ਵਾਲਾ ਤਾਂ ਚਲਾ ਗਿਆ, ਸਟਿਚ ਵੀ ਹੋ ਗਿਆ ਹੋਣਾ ਉਹਨਾਂ ਦਾ ਤਾਂ, ਆਪਣੀ ਡਾਟਰ ਇਨ ਲਾਅ ਲਈ ਲਿਆ। ਇਹਦੇ ਵਿੱਚ ਗ੍ਰੀਨ ਪਿੰਕ ਨਹੀਂ, ਗ੍ਰੀਨ ਕਲਰ ਦੀ ਇੱਕ ਸਾਈਡ 'ਤੇ ਸ਼ੇਡਿੰਗ ਆ ਰਹੀ ਹੈ, ਡਾਰਕ ਲਾਈਟ 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 ਇਸ ਤਰ੍ਹਾਂ, ਇੱਕ ਸਾਈਡ 'ਤੇ ਫਰੋਜ਼ੀ। ਕਾਫੀ ਹੈਵੀ ਸੂਟ ਬਣੇ ਆ ਪੱਲੇ ਦੇ, ਤੁਸੀਂ ਦੇਖ ਸਕਦੇ ਹੋ ਦੁਪੱਟੇ ਦੇ। ਦੁਪੱਟੇ ਤੋਂ ਹੀ ਅਸੀਂ ਸੂਟ ਰੈਡੀ ਕਰਿਆ ਸੀਗਾ ਵੀ ਇਹ ਸੂਟ ਵੀ ਇਸ ਤਰ੍ਹਾਂ ਦਾ ਰੈਡੀ ਕਰ ਦਈਏ। ਇਹਦੇ ਵਿੱਚ ਅਸੀਂ ਪਿੰਕ ਕਲਰ ਦਾ, ਪਿੰਕ ਲਾਈਟ ਯੈਲੋ ਇਹੋ ਜਿਹੇ ਕਲਰ ਮਿਕਸ ਕਰਕੇ ਵੀ ਬਣਾਉਣਾ ਚਾਹੁੰਦੇ ਹਾਂ। ਮੈਂ ਦੇਖ ਰਹੀ ਹਾਂ, ਮੈਨੂੰ ਹਾਲੇ ਤੱਕ ਕਲਰ ਨਹੀਂ ਸੀ ਸਮਝ ਆ ਰਹੇ, ਉਹ ਜਦੋਂ ਬਣ ਗਿਆ ਉਹਦੀ ਵੀ ਛੇਤੀ ਹੀ ਵੀਡੀਓ ਸ਼ੇਅਰ ਕਰੂੰਗੀ ਮੈਂ। ਸੂਟ ਹੈ ਪਿਓਰ ਕ੍ਰੇਪ ਦੇ ਵਿੱਚ ਬੋਟਲ ਗ੍ਰੀਨ ਕਲਰ, ਇਹ ਬਹੁਤ ਪਹਿਲਾਂ ਵੀ ਬਣਿਆ ਸੀ ਹੁਣ ਫਿਰ ਬਣਿਆ।
ਇਹਦੇ ਵਿੱਚ ਅਸੀਂ ਬਲੈਕ ਕਲਰ ਵੀ ਬਣਾਇਆ ਸੀ, ਹੁਣ ਮੈਨੂੰ ਲੱਗ ਰਿਹਾ ਸੀ ਹੌਟ ਪਿੰਕ ਕਲਰ ਵੀ ਬਣਾਉਣਾ ਚਾਹੁੰਦੇ ਹਾਂ। ਰੈਸਟ ਕਲਰ ਵੀ ਬਣਿਆ ਸੀਗਾ, ਰੈਸਟ ਕਲਰ ਬਣਾਇਆ ਸੀ ਅਸੀਂ ਗੈਵਾਡੀਨ ਸਿਲਕ 'ਤੇ। ਇਹ ਪਿਓਰ ਕਰੇਪ ਦਾ ਸੂਟ ਹੈ, ਇਹਦਾ ਦੁਪੱਟਾ ਵੀ ਹੈਵੀ ਹੈ। ਪਿਓਰ ਚਨੌਨ ਸ਼ਿਫੋਨ ਦਾ ਦੁਪੱਟਾ, ਇਹਦੀਆਂ ਸਲੀਵਸ ਦਿਖਾਉਣੀਆਂ ਰਹਿ ਗਈਆਂ, ਉਹ ਵੀ ਦਿਖਾ ਦਿੰਦੇ ਹਾਂ। ਦੁਪੱਟੇ ਦੇ ਅਸੀਂ ਚਾਰੋਂ ਸਾਈਡ ਵਰਕ ਕੀਤਾ ਹੋਇਆ, ਨਾਲ ਫਿਰ ਲੇਸ ਲਗਾ ਦਿੱਤੀ। ਇਹਦੇ ਵਿੱਚ ਜਿਹੜੀ ਸਿੱਪੀ ਹੈ ਨਾ, ਉਹ ਵੀ ਬੜੀ ਸਟਾਰ ਸਟਾਰ ਵਾਲੀ ਬਣੀ ਹੋਈ ਹੈ, ਬੜੀ ਡਿਫਰੈਂਟ ਸਿੱਪੀ ਹੈ। ਔਰ ਇਹਦੀਆਂ ਜਿਹੜੀਆਂ ਸਲੀਵਸ ਨੇ ਉਹ ਹੈਗੀਆਂ ਨੇ ਇਸ ਤਰ੍ਹਾਂ। ਇਹ ਤੁਸੀਂ ਆਪਣੀ ਮਰਜ਼ੀ ਦੇ ਕਲਰ 'ਚ ਕਸਟਮਾਈਜ਼ ਕਰਾ ਸਕਦੇ ਹੋ, ਕਿਉਂਕਿ ਪਿਓਰ ਦੇ ਇੰਨੇ ਸੂਟ ਬਣਾ ਕੇ ਰੱਖਣਾ ਔਖਾ ਹੁੰਦਾ। ਤੁਸੀਂ ਜਿਹੜਾ ਕਲਰ ਕਹੋਗੇ, ਕਲਰ ਸਾਨੂੰ ਦੱਸ ਸਕਦੇ ਹੋ, ਅਸੀਂ ਉਸੇ ਕਲਰ 'ਤੇ ਸੂਟ ਰੈਡੀ ਕਰ ਦਿੰਦੇ ਹਾਂ। ਇੱਕ ਇਹ ਸੂਟ ਬਣਿਆ ਹੋਇਆ, ਪਿੰਕ ਵੀ ਪਹਿਲਾਂ ਬਣਿਆ ਸੀ, ਇਹ ਵੈਸੇ ਮੈਂ ਪਹਿਲਾਂ ਵੀ ਦਿਖਾਇਆ, ਹੁਣ ਦੁਬਾਰਾ ਦਿਖਾ ਰਹੀ ਹਾਂ ਤੁਹਾਨੂੰ। ਇਹ ਮੇਰਾ ਆਪਣਾ ਸੂਟ ਵੀ ਬਣਿਆ ਹੋਇਆ, ਮੈਰੂਨ ਜੇ ਕਲਰ 'ਚ ਹੈ ਸ਼ਾਇਦ, ਚੈਰੀ ਕਲਰ ਟਾਈਪ, ਥੋੜ੍ਹਾ ਮੈਨੂੰ ਕਲਰ ਨਹੀਂ ਦੱਸਣਾ ਆਉਂਦਾ, ਵਾਈਨ ਕਲਰ ਵੀ ਉਹਨੂੰ ਕਹਿ ਸਕਦੇ ਹਾਂ। ਇਹ ਅਸੀਂ ਬਣਾਇਆ ਬਲੂ ਕਲਰ 'ਤੇ, ਨੇਵੀ ਬਲੂ ਕਲਰ 'ਤੇ। ਇਹਦੇ 'ਤੇ ਫਰੰਟ 'ਤੇ ਬਹੁਤ ਹੈਵੀ ਵਰਕ ਹੈ, ਸਾਰਾ ਹੈਂਡ ਵਰਕ ਹੈ ਇਹਨਾਂ ਸੂਟਾਂ 'ਤੇ। ਜੋ ਵੀ ਮੈਂ ਤੁਹਾਨੂੰ ਪਿਓਰ ਦੇ ਦਿਖਾਉਂਦੀ ਹਾਂ, ਹਮੇਸ਼ਾ ਹੈਂਡ ਵਰਕ 'ਤੇ ਹੀ ਹੁੰਦੇ ਨੇ। ਔਰ ਦੁਪੱਟਾ ਵੀ ਇਹਦਾ, ਮੇਰਾ ਦੁਪੱਟਾ ਥੋੜ੍ਹਾ ਸਿਰਫ ਪੱਲਿਆਂ 'ਤੇ ਵਰਕ ਸੀ, ਇਹ ਵਾਲਾ ਦੁਪੱਟਾ ਸੀ ਜ਼ਿਆਦਾ ਹੈਵੀ ਬਣਾਇਆ। ਦੁਪੱਟੇ 'ਤੇ ਸਾਰਾ ਇਹ ਹੈਂਡ ਵਰਕ ਹੈ, ਜਦੋਂ ਹੈਂਡ ਵਰਕ ਹੁੰਦਾ ਤਾਂ ਚੀਜ਼ ਕੋਸਟਲੀ ਹੋ ਜਾਂਦੀ ਹੈ। ਸਾਰੀ ਚੁੰਨੀ ਦੇ ਵਿੱਚ ਸਿੱਪੀ ਸਿੱਪੀ ਦਾ ਛਿੱਟਾ ਮਾਰਿਆ ਹੋਇਆ, ਔਰ ਇਹਦੀਆਂ ਜਿਹੜੀਆਂ ਦਾ ਪਿਓਰ ਕਰੇਪ ਦਾ। ਨਾਲ ਹੀ ਮੈਂ ਇਸ ਵੀਡੀਓ ਦਾ ਐਂਡ ਕਰੂੰਗੀ। ਹੋਪ ਤੁਹਾਨੂੰ ਅੱਜ ਵਾਲੇ ਸਾਰੇ ਸੂਟ ਪਸੰਦ ਆਏ ਹੋਣਗੇ। ਅਗਰ ਪਸੰਦ ਆਉਂਦੇ ਨੇ ਤਾਂ ਸਕਰੀਨਸ਼ਾਟ ਭੇਜ ਦੇਣਾ, ਤੁਹਾਨੂੰ ਤੁਹਾਡੇ ਐਡਰੈਸ 'ਤੇ ਕੋਰੀਅਰ ਕਰ ਦਾਂਗੇ। ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਮਾਸਟਰ ਜੀ ਵਾਪਸ ਆ ਗਏ ਨੇ, ਤਾਂ ਤੁਸੀਂ ਸਟਿਚ ਕਰਵਾ ਸਕਦੇ ਹੋ, ਆਪਣਾ ਮੈਜ਼ਰਮੈਂਟ ਭੇਜ ਕੇ ਜਾਂ ਤੁਸੀਂ ਖੁਦ ਆ ਕੇ ਮੈਜ਼ਰਮੈਂਟ ਦੇ ਸਕਦੇ ਹੋ। ਸਟਿਚਿੰਗ ਵੀ ਹੋ ਜਾਏਗੀ ਇਹ ਸਾਰੇ ਸੂਟਸ ਦੀ। ਤੁਸੀਂ ਜਿਵੇਂ ਵੀ ਬਣਾਉਣਾ ਚਾਹੁੰਦੇ ਹੋ, ਸ਼ਰਾਰਾ ਵਗੈਰਾ ਜੋ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ। ਅਤੇ ਇੱਕ ਮੈਂ ਤੁਹਾਨੂੰ ਦੱਸਣਾ ਸੀ, ਸਾਡੀ ਸਭ ਤੋਂ ਪਹਿਲਾਂ ਜਿਹੜੀ ਐਗਜੀਬਿਸ਼ਨ ਹੈ ਉਹ ਹੈ ਹੋਟਲ ਕਲੈਰੀਅਨ ਇਨ ਪਟਿਆਲਾ, ਜੋ ਕਿ ਡੇਟਸ ਨੇ ਸਾਡੀਆਂ 13-14 ਸਤੰਬਰ, ਟਾਈਮਿੰਗ ਸਾਡੇ 10 ਤੋਂ 7। ਇਹ ਹੋਟਲ ਹੈ ਜਿਹੜਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਹੁਤ ਨੇੜੇ ਹੈ, ਸਰਹੰਦ ਰੋਡ 'ਤੇ, ਹੋਟਲ ਕਲੈਰੀਅਨ ਇਨ। ਤੁਸੀਂ ਜ਼ਰੂਰ ਵਿਜ਼ਿਟ ਕਰਨਾ, ਹੋਰਾਂ ਨੂੰ ਵੀ ਦੱਸਣਾ, ਮੇਰੀ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਸਭ ਨੂੰ ਪਤਾ ਚੱਲ ਸਕੇ। ਬਾਕੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਫਿਰ ਨਵੇਂ ਨਵੇਂ ਹੋਰ ਸੂਟ ਲੈ ਕੇ। ਥੈਂਕ ਯੂ ਸੋ ਮੱਚ।